ਆਉਂਗੇ ਤਾਂ 7 ਟਾਈਮ ਮਲਟੀਪਲਾਈ ਹੋਵੋਗੇ। தி ਨੈਕਸਟ ਟਾਈਮ ਯੂਲ ਕਮ ਯੂਲ ਹੈਵ ਅ 7 ਫੋਲਡਸ ਇਨ ਯੂ ਕਿਉਂਕਿ ਤੁਸੀਂ ਅੱਜ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਆਪਣੇ ਜੀਵਨ ਵਿੱਚ ਲਵੋਗੇ। ਐਸ ਯੂਲ ਟੇਕ ਹਿਸ ਗ੍ਰੇਸ ਇਨ ਯੂਰ ਲਾਈਫ ਟੁਡੇ। ਜੋ ਸਧਾਰਨ ਨਹੀਂ ਆ। which is not easy. ਬਹੁਤ ਕਾਸ ਯਾ। ਇਟਸ ਰੀਲੀ ਇੰਪੋਰਟੈਂਟ। ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਣਾ ਹੈ ਕਿ ਅਸੀਂ ਮੁਕਤੀ ਨੂੰ ਪਾਇਆ ਹੈ ਕਿ ਨਹੀਂ ਪਾਇਆ। ਟੁਡੇ ਵੀ ਗੋਨ ਟੂ ਸੀ ਐਂਡ ਜਜ ਅਸਲ ਵੈਦਰ ਵੀ ਹੈਵ ਰੀਸੀਵਡ ਅ ਸਲਵੇਸ਼ਨ ਇਨ ਅ ਲਾਈਫ অর ਨਾ। ਤੁਹਾਡੇ ਵਿੱਚੋਂ ਕਿੰਨੇ ਜਣਿਆਂ ਨੇ ਮੁਕਤੀ ਨੂੰ ਪਾਇਆ ਹੈ ਹਾਊ many you have received a salvation ऑलमोस्ट ਸਾਰੇ ਆਨੇ ऑलमोस्ट एवरीवन Who's present here ਫਿਰ ਤੁਹਾਨੂੰ ਪਤਾ ਪਾਵੇਂ ਆਪਾਂ ਐਨ ਤੰਦਰੁਸਤ ਹੁੰਨੇ ਆ ਫੇਬੀ ਡਾਕਟਰ ਕਹਿੰਦੇ ਹਰੇਕ 6 ਮਹੀਨੇ ਬਾਅਦ ਤੁਹਾਨੂੰ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਆੀਵੋ ਵੀ ਆਰ ਹੈਲਥੀ ਐਂਡ ਫਿਟ ਡਾਕਟਰ ਐਡਵਾਈਸ ਆਫਟਰ ਏਵਰੀ 6 ਮਨਥ ਯੂ ਸ਼ੁੱਡ ਕੇਅਰ ਯਰਸੈਲਫ ਚੈਕਡ ਇੱਦਾਂ ਹੀ ਸਾਨੂੰ ਆਪਣੇ ਆਤਮਾ ਦਾ ਚੈੱਕਅਪ ਵੀ ਕਰਦੇ ਰਹਿਣਾ ਚਾਹੀਦਾ ਆ ਸਿਮਿਲਰਲੀ ਵੀ ਸ਼ੁੱਡ ਕੀਪ ਚੈਕਿੰਗ ਆ ਸਪਿਰਿਟ ਐਸ ਵੈਲ ਹੋ ਸਕਦਾ ਾਨੂੰ ਇਹ ਤਾਂ ਲੱਗਦਾ ਹੋਵੇ ਅਸੀਂ ਬਿਲਕੁਲ ਠੀਕ ਠਾਕ ਆਓ ਮੇਬੀ ਵੀ ਥਿੰਕਿੰਗ ਇਨ ਅਨਸਲ ਵੀ ਆਰ ਫਿਟ ਐਂਡ ਫਾਈਨ ਪਰ ਫਿਰ ਵੀ ਜਦੋਂ ਤੁਸੀਂ ਚੈੱਕ ਅਪ ਕਰਾਉਣਾ ਹੈ ਰਿਪੋਰਟ ਨੇ ਦੱਸਣਾ ਹੈ ਵੀ ਤੁਸੀਂ ਠੀਕ ਆ ਕਿ ਨਹੀਂ ਪਰ ਵੈਨ ਯੂ ਗੋ ਟੂ ਗੋ ਅੰਡਰ ਐਗਜ਼ਾਮੀਨੇਸ਼ਨ ਦੈਟਸ ਵੈਨ ਯੂ ਗੋਣਾ ਫਾਈਂਡ ਵੈਦਰ ਯੂ ਆ ਫਿਟ অর ਨਾ ਪਰ ਬਹੁਤ ਵਾਰੀ ਅਸੀਂ ਆਪਣੇ ਆਪ ਨੂੰ ਚੈੱਕ ਨਹੀਂ ਕਰਦੇ ਮੈਨੀ ਟਾਈਮਸ ਵੀ ਡੋਨਟ ਇਵਨ ਚੈੱਕ ਆ ਸੈਲਫ ਅਸੀਂ ਗਵੰਡੀ ਨੂੰ ਚੈੱਕ ਕਰਦੇ ਰਹਿੰਦੇ ਹਾਂ ਇਨਸਟੈਡ ਵੀ ਚੈੱਕ ਅ ਨੇਬਰ ਅਸੀਂ ਹਮੇਸ਼ਾ ਚੈੱਕ ਕਰਦੇ ਇਹ ਪ੍ਰਾਰਥਨਾ ਨਹੀਂ ਕਰਦਾ ਵੀ ਆਲਵੇਸ ਜਜ ਹਦਰ ਦੈਟ ਅ ਪਰਸਨ ਡਸਨਟ ਪ੍ਰੇ ਨਹੀਂ ਕਰਦਾ ਹੀ ਡਸ ਅ ਬਲੀਵ ਹੀ ਆਫਰਿੰਗ ਨਹੀਂ ਦਿੰਦਾ ਹੀ ਡਸਨਟ ਪੇ ਐਨੀ ਆਫਰਿੰਗ ਇਹ ਬਚਨ ਨਹੀਂ ਪੜਦਾ ਹੀ ਡਸਨਟ ਰੀਡ ਐਨੀ ਵਰਡ ਤਾ ਕਰਕੇ ਇਹ ਤਰੱਕੀ ਨਹੀਂ ਕਰ ਰਿਹਾ ਦਾ ਇਸ ਇਸ ਰੀਜ਼ਨ ਦਾ ਹੀਸ ਆ ਪ੍ਰੋਗਰੈਸਿੰਗ ਅਸੀਂ ਦੂਜਿਆਂ ਦਾ ਚੈੱਕ ਅਪ ਕਰਦੇ ਰਹਿੰਦੇ ਹਾਂ ਵੀ ਆਲਵੇਸ ਕੀਪ ਆਨ ਚੈਕਿੰਗ ਆਦਰਸ ਪਰ ਅਸੀਂ ਆਪਣੇ ਆਪ ਨੂੰ ਚੈੱਕ ਨਹੀਂ ਕਰਦੇ ਮੋ ਵੀ ਨੈਵਰ ਚੈੱਕ ਆਰ ਸੈਲਵਜ਼ ਪਰ ਪਰਮੇਸ਼ਵਰ ਦੀ ਇੱਛਾ ਕੀ ਵਾਟਸਾ ਵਿਲ ਆਫ ਦ ਲੋਰਡ ਪਰਮੇਸ਼ਵਰ ਦਾ ਵਚਨ ਕਹਿੰਦਾ ਆਪਣੇ ਭਰਾ ਦੀ ਅੱਖ ਚੋਂ ਕੱਖ ਕੱਢਣ ਤੋਂ ਪਹਿਲਾਂ So the lord said before you look at the deck of uh, in the eye of your brother apne aankh vich fase hoye shatir nu bahar kadh but see the dirt in your own eye first Prabhu da vachan kehnda jehda dosh tusi dooje te laune aa kithe aap ode vich na phas jio Lord says the blame you put on others be careful that you don't get caught in that yourself par may sure da vachan vakh vakh tareekiyan naal sanu dasda ae ke assi ਦੂਜਿਆਂ ਨੂੰ ਜੱਜ ਕਰਦੇ ਆ ਪਰ ਆਪਣਾ ਖਿਆਲ ਨਹੀਂ ਕਰਦੇ ਮੈਨੀ টাইমস ਆ ਡਿਫਰੈਂਟ ਪਲੇਸਿਸ ਇਨ ਦ ਬਾਈਬਲ ਲord ਇਸ ਟੈਲਿੰਗ ਅਸ ਥੈਟ ਵੀ ਆਲਵੇਸ ਸੋ ਬੀਜ਼ੀ ਇਨ ਜੱਜਿੰਗ ਅਦਰਸ ਬਟ ਵੀ ਡੋਨਟ ਲੁੱਕ ਐਟ ਆਰਸੈਲਫ ਪ੍ਰਭੂ ਚੌਂਦ ਅਸੀਂ ਆਪਣੇ ਆਪ ਨੂੰ ਚੈੱਕ ਕਰੀਏ। ਇਸੇ ਲੋਰ ਇਸ ਟੈਲਿੰਗ ਅਸ ਟੂ ਚੈੱਕ ਯੋਰਸੈਲਫ। ਅੱਜ ਅਸੀਂ ਪ੍ਰਚਾਰ ਘਟ ਤੇ ਬਾਈਬਲ ਸਟਡੀ ਜ਼ਿਆਦਾ ਕਰਾਂਗੇ। ਐਂਡ ਟੂਡੇ ਵੀ ਗੋਣਾ ਪ੍ਰੀਚ ਲੈਸ ਅਬਾਟ ਇਨਸਟੇਡ ਵੀ ਗੋਣਾ ਸਟੱਡੀ ਦ ਬਾਈਬਲ ਮੋਰ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਕਿਸੇ ਚੀਜ਼ ਨੂੰ ਸਟੱਡੀ ਨਹੀਂ ਕਰਦੇ ਉਹਨੀ ਦੇਰ ਤੱਕ ਅਸੀਂ ਸਿੱਖ ਨਹੀਂ ਸਕਦੇ। ਅੰਟਿਲ ਵੀ ਡੋਂਟ ਡੂ ਐਨੀ ਸਟੱਡੀ ਔਨ ਸਮਥਿੰਗ ਵੀ ਕੈਨ ਨੈਵਰ ਲਰਨ ਦੈਟ। ਅੱਜ ਅਸੀਂ ਕਿਹੜੀ ਬਾਈਬਲ ਨੂੰ ਪੜਾਂਗੇ? ਵਿਚ ਬਾਈਬਲ ਵੀ ਗੋਣਾ ਰੀਡ? ਇਹ ਵਾਲੀ ਬਾਈਬਲ ਨੂੰ। ਦ ਵਨ ਇਨ ਫਰੰਟ ਆਫ ਯੂ। ਆਪਣੇ ਆਪ No. yourself ਹallelujah hallelujah ਕਿਉਂਕਿ ਪ੍ਰਭੂ ਕਹਿੰਦੇ ਤੁਸੀਂ ਮਸੀਹ ਦੀਆਂ ਜਿੰਦਾ ਚਿੱਠੀਆਂ ਹੋ ਅ ਐ ਲੋਰ ਇਸ ਸੇਇ ਯੂ ਆਰ ਦ ਲਿਵਿੰਗ ਲੈਟਰਸ ਆਫ ਦ ਲੋਰ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਵੀ ਡੂ ਰੀਡ ਦ ਬਾਈਬਲ ਪਰ ਲੋਕੀ ਸਾਨੂੰ ਪੜ੍ਹਦੇ ਆ ਬਟ ਪੀਪਲ ਰੀਡ ਅਸ ਉਹਨਾਂ ਕੋਲੇ ਬਾਈਬਲ ਪੜ੍ਹਨ ਦਾ ਵੇਲ ਨਹੀਂ ਆ ਇਸ ਦੇ ਡੋਨਟ ਹੈਵ ਅ ਟਾਈਮ ਟੂ ਰੀਡ ਦ ਬਾਈਬਲ ਨਾ ਉਹਨਾਂ ਨੂੰ ਬਾਈਬਲ ਦਾ ਗਿਆਨ ਨਹੀਂ ਆ ਐਂਡ ਦੇ ਡੋਨਟ ਹੈਵ ਐਨੀ ਨੋਲੇਜ ਆਫ ਬਾਈਬਲ ਜਦੋਂ ਉਹ ਦੇਖਦੇ ਆ ਉਹ ਸਾਨੂੰ ਦੇਖਦੇ ਆ ਬਟ ਵੈਨ ਦੇ ਡੂ ਸੀ ਦੇ ਸੀ ਅਸ ਪਰ ਜਦੋਂ ਉਹ ਸਾਡੀ ਜ਼ਿੰਦਗੀ ਵਿੱਚ ਫਰੂਟ ਨਹੀਂ ਦੇਖਦੇ when they don't see the fruit in us ਪਰ ਉਹ ਬ੍ਰੋਧ ਬੋਲਦੇ ਸਾਡੇ ਪਰਮੇਸ਼ਵਰ ਦੇ then they say they speak blemishes against our lord ਉਹ ਕਹਿੰਦੇ ਤੁਹਾਡੇ ਇਹ ਸੁਣੇ ਅਜੇ ਤੱਕ ਆਵळा ਕੰਮ ਤਾਂ ਕੀਤਾ ਨਹੀਂ and they start saying you jesus haven't does is saying till now ਤੁਸੀਂ ਅਜੇ ਤੱਕ ਚੰਗੇ ਤਾਂ ਹੋਏ ਨਹੀਂ you haven't been healed ਅਜੇ ਤੱਕ ਤੁਹਾਨੂੰ ਨੌਕਰੀ ਨਹੀਂ ਮਿਲੀ still haven't got any job ਅਜੇ ਤੱਕ ਤੁਹਾਡੇ ਨਿਆਣਿਆਂ ਦੇ ਵਿਆਹ ਨਹੀਂ ਹੋਏ still your kids and children are not married oh ho it now ਤਾਨੂੰ ਲੱਗਦਾ ਆ ਵੀ ਜਿੱਦਾਂ ਤੁਸੀਂ ਬਹੁਤ ਸਹੀ ਆ ਪਰ ਯਿਸੂ ਮਸੀਹ ਚ ਜਿੱਦਾਂ ਕੋਈ ਕਮੀ ਹੋਵੇ ਐਂਡ ਦੈਨ ਦੇ ਸਟਾਰਟ ਥਿੰਕਿੰਗ ਇਨ ਦਮਸੈਲਫ ਯੂ ਆ ਗੁੱਡ ਬਟ ਦੈਰ ਸਮਥਿੰਗ ਰੋਂਗ ਇਨ ਜੀਜ਼ਸ ਕਿਉਂਕਿ ਉਹ ਤੁਹਾਨੂੰ ਚਰਚ ਜਾਂਦਿਆਂ ਦੇਖਦੇ ਆ ਐਜ਼ ਆ ਸੀਇੰਗ ਯੂ ਗੋਇੰਗ ਟੂ ਚਰਚ ਉਹ ਤੁਹਾਨੂੰ ਯਿਸੂ ਯਿਸੂ ਕਰਦਿਆਂ ਦੇਖਦੇ ਆ ਐਜ਼ ਸੀਇੰਗ ਯੂ ਕਾਲਿੰਗ ਜੀਜ਼ਸ 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 ਬਟ ਫੇਰ ਵੀ ਉਹਨਾਂ ਨੂੰ ਤੁਹਾਡੇ ਜੀਵਨ ਵਿੱਚ ਫਰੂਟਸ ਨਜ਼ਰ ਨਹੀਂ ਆ ਰਹੇ ਬਸ ਸਟੀਲ ਦੇ ਆਰ ਨਾ ਸੀ ਇਨੀ ਫਰੂਟਸ ਇਨ ਯਰ ਲਾਈਫ ਤੁਹਾਡੀਆਂ ਪ੍ਰਾਰਥਨਾਵਾਂ ਦਾ ਨਤੀਜਾ ਨਜ਼ਰ ਨਹੀਂ ਆ ਰਿਹਾ ਕਾਉਂਸ ਯਾਨੀ ਰਿਜ਼ਲਟਸ ਆਫ ਯਰ ਪ੍ਰੇਅਰਸ ਕਿਉਂਕਿ ਉਹ ਸਿਰਫ ਉਹ ਦੇਖਦੇ ਆ ਜੋ ਤੁਸੀਂ ਕਰ ਰਹੇ ਹੋ ਦੇ ਆਨਲੀ ਸੀ ਇੰਗ ਦ ਥਿੰਗਸ ਵਾ ਯੂ ਆ ਡੂਇੰਗ ਪਰ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਜੋ ਤੁਸੀਂ ਨਹੀਂ ਕਰ ਰਹੇ ਹੋ ਬਟ ਦੇ ਆਰ ਨਾ ਸੀ ਇੰਗ ਦ ਥਿੰਗਸ ਵਿਚ ਯੂ ਆਰ ਨਾਟ ਡੂਇੰਗ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਉਹ ਕਰ ਰਹੇ ਹੋ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਐਸ ਦੇ ਡੋਨ ਨੋ ਦ ਥਿੰਗਸ ਯੂ ਡੂਇੰਗ ਵਿਚ ਯੂ ਆਰ ਨਾਟ ਸਪੋਜ਼ ਟੂ ਬੀ ਡ ਤਾਨੂੰ ਇਹ ਪਤਾ ਲੱਗਦਾ ਹੈ ਕਿ ਤੁਸੀਂ ਉਹ ਨਹੀਂ ਕਰ ਰਹੇ ਜੋ ਤੁਹਾਨੂੰ ਕਰਨਾ ਚਾਹੀਦਾ ਹੈ ਅਸੀਂ ਪ੍ਰਾਰਥਨਾ ਤਾਂ ਕਰਦੇ ਹਾਂ ਅਸੀਂ ਵਚਨ ਤਾਂ ਪੜ੍ਹਦੇ ਹਾਂ ਪਰ ਆਪਸ ਵਿੱਚ ਪਿਆਰ ਨਹੀਂ ਕਰਦੇ ਪਰ ਪਰਮੇਸ਼ਵਰ ਦਾ ਪਹਿਲਾ ਹੁਕਮ ਕੀ ਹੈ ਪਰਬੀ ਯਿਸੂ ਮਸੀਹ ਨੇ ਜਿਹੜਾ ਹੁਕਮ ਦਿੱਤਾ ਉਹ ਇਹੀ ਆ ਕਿ ਪਿਆਰ ਕਰੋ ਦ ਕਮਾਂਡ ਮਾਈ ਜੀਸਸ ਕੇ ਇਫ ਦੈਟ ਵਾਸ ਲਵ ਈਚ ਅਦਰ ਸਭ ਤੋਂ ਪਹਿਲਾ ਪਰਮੇਸ਼ਵਰ ਦੇ ਨਾਲ First you love your lord the duje number te apne gwandee naal and the second your neighbor te gwandee kon ya who is your neighbor itthe jehda twadi kursi te duja baitha hoya ya the one sitting next to you tode kam ate jehda twade naal duja kaam karda ya the या? person who works alongside you basre te jehda twade naal seat te baitha hoya ya the passenger sitting next to you in the bus chahe oh twade agge cha piche ya whether they are in front of you or at the back ghar vich jehde twade naal rehnde ya those living in your house jahan twade ghar de agge piche sajje khabbe rehnde ya Around your house, front, back, or left, or right. Every next to you is your neighbor. ਜਿਹੜਾ ਵੀ ਤੁਹਾਡੇ ਤੋਂ ਨੈਕਸਟ ਆ ਉਹ ਤੁਹਾਡਾ ਗਵਾਂਡੀ ਆ ਤੇ ਪ੍ਰਭੂ ਦਾ ਵਚਨ ਕਹਿੰਦਾ ਆਪਣੇ ਗਵਾਂਡੀ ਨਾਲ ਪਿਆਰ ਕਰੋ ਐਂਡ ਦਾ ਵਰਸ ਸੇਜ਼ ਲਵ ਯੋਰ ਨੇਬਰ ਉਹਨੇ ਇਹ ਨਹੀਂ ਕਿਹਾ ਕਿ ਸਿਰਫ ਆਪਣੇ ਨਿਆਣਿਆਂ ਨਾਲ ਪਿਆਰ ਕਰੋ ਹੀ ਨੇਵਰ ਸੇਡ ਜਸਟ ਲਵ ਯੋਰ ਓਨ ਚਿਲड्रन ਸਿਰਫ ਆਪਣੇ ਮਾਂ ਪਿਓ ਨਾਲ ਪਿਆਰ ਕਰੋ ਓਨਲੀ ਲਵ ਯੋਰ ਓਨ ਪੇਰੈਂਟਸ ਸਿਰਫ ਉਹਨਾਂ ਨਾਲ ਪਿਆਰ ਕਰੋ ਜਿਹੜੇ ਚਰਚ ਵਿੱਚ ਜਾਂਦੇ ਆ ਓਨਲੀ ਲਵ ਦੋਸ ਹੂ ਕਮ ਟੂ ਦ ਚਰਚ ਪਰ ਉਹਨੇ ਕਿਹਾ ਗਵਾਂਡੀ ਨਾਲ ਆਪਣੇ ਜਿਹਾ ਪਿਆਰ ਕਰੋ ਇਨਸਟੀਡ ਸੇ ਲਵ ਯੋਰ ਨੇਬਰ ਦਾ ਵੇ ਯੂ ਲਵ ਯੋਰਸੈਲਫ ਜਿੱਦਾਂ ਅਸੀਂ ਹੋਦ ਨਾਲ ਪਿਆਰ ਕਰਦੇ ਆ ਦ ਵੇ ਵੀ ਲਵ ਆਸੈਲਫ ਜਿੱਦਾਂ ਅਸੀਂ ਚਾਹੁੰਨੇ ਮੈਨੂੰ ਨੌਕਰੀ ਮਿਲੇ ਦ ਵੇ ਵੀ ਵਾਂਟ ਟੂ ਹੈਵ ਅ ਜੌਬ ਦੂਜੇ ਲਈ ਵੀ ਇਦਾਂ ਸੋਚੋ ਇਹਨੂੰ ਵੀ ਮਿਲਣੀ ਚਾਹੀਦੀ ਆ ਸਾਦ ਸਿੰਘ ਕੀ ਦ ਸੇਮ ਫਾਰ ਦ ਅਦਰ ਐਸ ਵੈਲ ਦੇ ਸ਼ੁੱਡ ਗੈਟ ਦ ਸੇਮ ਕਾਈਂਡ ਆਫ ਜੌਬ ਜਿੱਦਾਂ ਚਾਹੁੰਨਾ ਮੇਰਾ ਢੇਡ ਰੋਜ਼ ਭਰਿਆ ਹੀ ਹੋਵੇ ਐਂਡ ਦ ਵੇ ਵੀ ਵਾਂਟ ਹਸ ਟਮਕ ਟੂ ਬੀ ਫੁੱਲ ਏਵਰੀ ਡੇ ਇਹੇ ਖੁਆਇਸ਼ ਤੁਹਾਡੀ ਦੂਜੇ ਲਈ ਹੋਣੀ ਚਾਹੀਦੀ ਕਿ ਇਹ ਵੀ ਰੱਜਿਆ ਪੁੱਜਿਆ ਚਾਹੀਦਾ ਆ ਦ ਸੇਮ ਵੇ ਸ਼ੀ ਸ਼ੁੱਡ ਹੈਵ ਫਾਰ ਯਰ ਨੇਬਰ ਹੂ ਲਿਵਿੰਗ ਵਿਦ ਯੂ ਦੈਟ ਹੀ ਸ਼ੁੱਡ ਬੀ ਫੁੱਲ 올 ਦ ਟਾਈ ਹੈਵ ਅ ਲੋਟ ਆਫ ਮਨੀ ਇਨ ਯੋਰ ਅਕਾਊਂਟ ਇਹ ਹੀ ਤੁਹਾਡੀ ਇੱਛਾ ਦੂਜੇ ਲਈ ਹੋਣੀ ਚਾਹੀਦੀ ਕਿ ਇਹਦੇ ਕੋਲ ਵੀ ਇਹ ਬਲੇਸਿੰਗਸ ਹੋਣੀਆਂ ਚਾਹੀਦੀਆਂ ਹੈ ਸੇਮ ਵੀਲ ਫॉर ਯੋਰ ਨੇਬਰ ਐਸ ਵੈਲ ਦੈਟ ਦ ਪਰਸਨ ਸ਼ੁੱਡ ਹੈਵ ਦ ਸੇਮ ਬਲੇਸਿੰਗ ਜਿਵੇਂ ਅਸੀਂ ਆਪਣੇ ਬੱਚਿਆਂ ਦਾ ਬ੍ਰਾਈਟ ਫਿਊਚਰ ਸੋਚਦੇ ਹਾਂ ਦ ਵੇ ਵੀ ਥਿੰਕ ਅਬਾਊਟ ਬ੍ਰਾਈਟ ਫਿਊਚਰ ਫॉर आवर ਚਿਲड्रन ਅਸੀਂ ਦੂਜੇ ਦੇ ਬੱਚਿਆਂ ਦੇ ਲਈ ਵੀ ਇਦਾਂ ਹੀ ਸੋਚਣਾ ਹੈ ਵੀ ਟੂ ਥਿੰਕ ਦ ਸੇਮ ਫॉर आवर ਨੇਬਰਸ ਚਿਲड्रन ਐਸ ਵੈਲ ਜੇ ਅਸੀਂ ਇਦਾਂ ਕਰਨ ਲੱਗ ਗਏ ਵੈਨ ਵੀ ਸਟਾਰਟ ਡੂਇੰਗ ਦਿਸ ਗੋਂਡੀਆਂ ਨੇ ਆਪੇ ਹੀ ਕਹਿਣਾ ਆ ਇਹਨਾਂ ਵਾਲੇ ਰੱਬ ਦੇ ਪਿੱਛੇ ਚੱਲੋ A neighbor is going to say we need to follow their god. ਇਹ ਤਾਂ ਕਿਸੇ ਨਾਲ ਲੜਦੇ ਹੀ ਨਹੀਂ ਆ। They don't fight with anyone. ਇਹ ਤਾਂ ਸਾਰਿਆਂ ਨਾਲ ਪਿਆਰ ਕਰਦੇ ਆ। They love everyone. ਇੰਨਾ ਚੰਗਾ ਤਾਂ ਕਦੀ ਮੈਂ ਆਪਣੇ ਨਿਆਣੇ ਲਈ ਨਹੀਂ ਸੋਚਿਆ। I never thought good for my own children. ਜਿੰਨਾ ਇਹ ਮੇਰੇ ਨਿਆਣਿਆਂ ਦਾ ਸੋਚਦੇ ਆ। They think in good for my they're children. ਇਹ ਤਾਂ ਸਦਲੀ ਅਰਦਾਸਾਂ ਹੀ ਕਰਦੇ ਰਹਿੰਦੇ ਆ। They always praying for us. ਇਹ ਤਾਂ ਸਾਡੀ ਸੋਖੀ ਮਨਾਉਂਦੇ ਰਹਿੰਦੇ ਆ। They always ask for peace for us. ਇਹ ਬਹੁਤ ਚੰਗੇ ਆ। They are very good. ਕਿੰਨਾ ਚੰਗਾ ਹਾਉ ਇਹਨਾਂ ਦਾ ਪਰਮੇਸ਼ਵਰ ਜਿੱਤੋਂ ਇਹਨਾਂ ਨੂੰ ਚੰਗਿਆਈ ਮਿਲਦੀ ਆ। They god might be very very good they where they receive the healing. ਹੁਣ ਜ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮ ਕੀ ਆ? What's the problem in a life now? ਅਸੀਂ ਕਹਿੰਨੇ ਆ ਅਸੀਂ ਮੁਕਤੀ ਨੂੰ ਪਾ ਲਿਆ। We all claim that we have received salvation. पर असल विच अजे वी मुक्ति नु बहुतया ने पाया नहीं आ अजे नफरत तो मुक्त नहीं होए यू आर स्टिल इन हेटेड इर का तो मुक्त नहीं होए यू इन जेलसी अजे पुरानी इंसानियत तो, तो मुक्त नहीं होए स्टिल एंड ऑल क्रिएशन अजे लड़ाई झगड्या तो मुक्त नहीं होए स्टिल नो रिलीफ फ्रॉम द फाइट अजे लालच चो मुक्त नहीं होए यू स्टिल गॉट ग्रीड ए तेरा या ते ए मेरा या अजे इस चीज चो मुक्त नहीं होए दैट्स योर्स एंड दिस इज माइन यू स्टिल इन स्टक ਦਾ ਇਹ ਯਸੂ ਨੂੰ ਨਹੀਂ ਮੰਨਦਾ ਐ ਫਲਾਣੇ ਨੂੰ ਮੰਨਦਾ ਆ ਅਜੇ ਮੁਕਤ ਨਹੀਂ ਹੋਇਆ This was a follow Jesus is the other one that doesn't you still stuck in these things ਇਹਦਾ ਮਤਲਬ ਅਜੇ ਮੁਕਤੀ ਨੂੰ ਨਹੀਂ ਪਾਇਆ This mean you haven't received your salvation ਮੁਕਤੀ ਦਾ ਮਤਲਬ ਆ ਮੁਕਤ ਹੋ ਜਾਣਾ Salvation means that you've been set completely free ਹਰ ਬੁਰਾਈ ਤੋਂ ਮੁਕਤ ਹੋ ਜਾਣਾ That you've been set free from every bad thing ਹਰੇਕ ਲਾਲਚ ਤੋਂ ਮੁਕਤ ਹੋ ਜਾਣਾ Every greed ਆਪਣੇ ਤੇ ਬਗਾਨੇ ਵਿੱਚ ਕੋਈ ਫਰਕ ਹੀ ਨਹੀਂ ਆ difference between you or the others look at everyone with the love I'm going to be faithful towards everyone ਤੁਹਾਨੂੰ ਪਤਾ ਜਿਹੜੇ ਮੁਕਤੀ ਦਾ ਪਾਠ ਪੜ੍ਹਾਉਂਦੇ ਆ ਬਹੁਤਿਆਂ ਚੋਂ ਅਜੇ ਉਹਨਾਂ ਨੇ ਵੀ ਮੁਕਤੀ ਨੂੰ ਨਹੀਂ ਪਾਇਆ ਜਿੰਨੇ ਆਪ ਮੁਕਤੀ ਨੂੰ ਨਹੀਂ ਪਾਇਆ ਦੋਸ ਹਾਂ ਰੀਸੀਵ ਸਲਵੇਸ਼ਨ ਫੋਰ ਦੈ ਸਲਫ ਦੂਜੇ ਨੂੰ ਮੁਕਤੀ ਦੀ ਸਿੱਖਿਆ ਨਹੀਂ ਦੇ ਸਕਦਾ ਜਿੰਨੂੰ ਆਪਣੇ ਘਰ ਵਿੱਚ ਵਸਣਾ ਨਹੀਂ ਆਉਂਦਾ ਦ ਪਰਸਨ ਹੂ ਡਸਨਟ ਨੋ ਹਾਊ ਟੂ ਡਵੈਲ ਇਨ ਯਰ ਓਨ ਹਾਊਸ ਉਹ ਦੂਜੇ ਨੂੰ ਵਸਣ ਦਾ ਤਰੀਕਾ ਦੱਸ ਹੀ ਨਹੀਂ ਸਕਦਾ

ਕਿਸੇ ਗਰੀਬ ਅਮੀਰ ਚ ਫਰਕ ਨਹੀਂ ਕੀਤਾ ਹੀ ਨੇਵਰ ਹੈਡ ਐਨੀ ਡਿਫਰੈਂਸ ਬੀਟਵੀਨ ਰਿਚ ਐਂਡ ਪੋਰ ਉਹਨੇ ਲਾਲਚ ਤੋਂ ਆਪਣੇ ਆਪ ਨੂੰ ਸਖਣਾ ਰੱਖਿਆ ਹੀ ਕੇਪਟ ਹਿਮ ਸੈਲਫ ਅਵੇ ਫਰਮ ਗਰੀਡ ਉਹਨੇ ਕਿਸੇ ਨਾਲ ਈਰਖਾ ਨਹੀਂ ਕੀਤੀ ਹੀ ਡਿਡ ਹੇਵ ਨੋ ਜੈਲਸੀ ਵਿਦ ਐਨੀਬਾਡੀ ਤੁਹਾਨੂੰ ਪਤਾ ਯਹੂਦੀ ਸਾਮਰੀਆਂ ਨੂੰ ਪ੍ਰਸ਼ਟਲੋਕੀ ਸਮਝਦੇ ਸੀ ਪਰ ਪ੍ਰਭੂ ਯਿਸੂ ਮਸੀਹ ਨੇ ਸਾਮਰੀ ਔਰਤ ਕੋਲੋਂ ਪਾਣੀ ਪੀ ਲਿਆ ਪ੍ਰਭੂ ਯਿਸੂ ਮਸੀਹ ਨੇ ਉੱਥੇ ਮੁਕਤੀ ਦਾ ਪ੍ਰਚਾਰ ਕੀਤਾ ਤੇ ਉਸ ਔਰਤ ਨੇ ਤੇ ਉਸ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਮੁਕਤੀ ਨੂੰ ਪਾ ਲਿਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਜ पाप-पात ਤੋਂ ਵੀ ਆਪਣੇ ਆਪ ਨੂੰ ਮੁਕਤ ਰੱਖਿਆ ਸੀ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦੇ ਹਾਂ ਵੀ ਡੂ ਫੋਲੋ ਜੀਸਸ ਪਰ ਸਿਰਫ ਮੂੰਹ ਜਬਾਨੀ ਓਨਲੀ ਵਿਦ ਅ ਮਾਉਥ ਅਸੀਂ ਆਪਣੇ ਕੰਮਾਂ ਨਾਲ ਉਹਨੂੰ ਫੋਲੋ ਨਹੀਂ ਕਰਦੇ ਬਟ ਵਿਦ ਆਰ ਵਰਕਸ ਵੀ ਡੋਨਟ ਫੋਲੋ ਜੀਸਸ ਜਿੰਨੀ ਦੇਰ ਤੱਕ ਅਸੀਂ ਕੰਮਾਂ ਦੇ ਰਾਹੀਂ ਉਹਨੂੰ ਫੋਲੋ ਨਹੀਂ ਕਰਾਂਗੇ ਅੰਟਿਲ ਵੀ ਡੋਨਟ ਫੋਲੋ ਹਿਮ ਥਰੂ ਆਰ ਵਰਕਸ ਓਨੀ ਦੇਰ ਤੱਕ ਸਾਨੂੰ ਨਹੀਂ ਕਹਿਣਾ ਚਾਹੀਦਾ ਕਿ ਮੈਂ ਮੁਕਤੀ ਨੂੰ ਪਾ ਲਿਆ ਹੈ ਅੰਟਿਲ ਦਾ ਵੀ ਸ਼ੁੱਡ ਨਾਟ ਕਲੇਮ ਐਂਡ ਡਿਕਲੇਅਰ ਦੈਟ ਵੀ ਹੈਵ ਰੀਸੀਵਡ ਅ ਸਲਵੇਸ਼ਨ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਪਿੱਛੇ ਚੱਲੂਗਾ ਹਨੇਰੇ ਵਿੱਚ ਨਹੀਂ ਰਹੂਗਾ ਜੀਸਸ ਸੈਡ ਹੂਐਵਰ ਵਿਲ ਫੋਲੋ ਮੀ ਵਿਲ ਨੇਵਰ ਬੀ ਇਨ ਡਾਰਕਨੈਸ ਹਨੇਰਾ ਕੀ ਹੈ ਵਾਟ ਇਜ਼ ਡਾਰਕਨੈਸ ਗਿਆਨ ਦੀ ਕਮੀ ਦਾ ਹੋਣਾ ਲੈਕ ਆਫ ਨੋਲੇਜ ਜਿੰਨੂੰ ਕਿਸੇ ਨੂੰ ਗਿਆਨ ਨਹੀਂ ਆ ਦੋਜ਼ ਹੂ ਡੋਨਟ ਹੈਵ ਡੋਨਟ ਹੈਵ ਇਨਫ ਨੋਲੇਜ ਉਹ ਹਨੇਰੇ ਵਿੱਚ ਆ ਦਾ ਪਰਸਨ ਇਜ਼ ਇਨ ਡਾਰਕਨੈਸ ਜਿਹਦੇ ਕੋਲੇ ਕੋਈ ਸਮਝ ਨਹੀਂ ਆ ਦੋਜ਼ ਹੂ ਡੋਨਟ ਹੈਵ ਐਨੀ ਅੰਡਰਸਟੈਂਡਿੰਗ ਉਹ ਹਨੇਰੇ ਵਿੱਚ ਆ ਦਾ ਪਰਸਨ ਇਜ਼ ਇਨ ਡਾਰਕਨੈਸ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਚਾਨਣ ਆ ਲੋਰਡ ਸਰ ਆਈ ਐਮ ਦ ਲਾਈਟ ਜਿਹੜਾ ਮੈਨੂੰ ਫੋਲੋ ਕਰੂਗਾ ਦ ਵਨ ਹੂ ਵਿਲ ਫੋਲੋ ਮੀ ਉਹ ਚਾਨਣ ਵਿੱਚ ਚੱਲੂਗਾ ਵੋਕ ਇਨ ਦ ਲਾਈਟ ਉਹ ਹਨੇਰੇ ਵਿੱਚ ਨਹੀਂ ਰਹੂਗਾ ਹੀ ਵੋਨਟ ਬੀ ਸਟੇ in the darkness par bahut sare yaar jade yesu yesu karde ha phir bhi hanere vich ya how many of us are like that who are calling jesus jesus but we still in the darkness yesu masinu follow karna gal vich salibaan pauna nahi hunda when we say we follow jesus that does it mean you hang a cross around your neck yesu masinu follow karna hath vich bible chak ke turrna nahi hunda i just mean that if you follow jesus you have to just carry a bible in your hand to start opening yesu masinu follow karna sirf baptisma le lena nahi hunda and to follow

ਤਦ ਅਸੀਂ ਕਹਿੰਦੇ ਆਂ ਕਿ ਅਸੀਂ ਯਿਸੂ ਨੂੰ ਮੰਨਦਾ ਆਂ ਲੈਟ ਵੀ ਸੇ ਵੀ ਡੂ ਫਾਲੋ ਜੀਜ਼ਸ ਇਹਦਾ ਮਤਲਬ ਆ ਕਿ ਮੈਂ ਵਚਨ ਨੂੰ ਮੰਨਦਾ ਆਂ ਥੈਟ ਮੀਨਸ ਵੀ ਡੂ ਫਾਲੋ ਦ ਵਰਡ ਜੇ ਤੁਸੀਂ ਵਚਨ ਨੂੰ ਮੰਨਦੇ ਹਾਂ ਇਫ ਯੂ ਆਰ ਫਾਲੋਇੰਗ ਦ ਵਰਡ ਤੇ ਤੁਹਾਡੇ ਜੀਵਨ ਵਿੱਚ ਵਚਨ ਨਜ਼ਰ ਆਉਣਾ ਚਾਹੀਦਾ ਆਂ ਐਂਡ ਦ ਵਰਡ ਸ਼ੁੱਡ ਬੀ ਸ਼ੋਇੰਗ ਇਨ ਯਰ ਲਾਈਫ ਪਰ ਜੇ ਅਸੀਂ ਯਿਸੂ ਯਿਸੂ ਕਹੀ ਜਾਂਦੇ ਆਂ ਬਟ ਵੀ ਕੀਪ ਔਨ ਕਾਲਿੰਗ ਜੀਜ਼ਸ ਜੀਜ਼ਸ ਪਰ ਆਪਣੇ ਘਰ ਵਾਲੇ ਦੇ ਆਖੇ ਨਹੀਂ ਲੱਗਦੇ ਬੀ ਨਾ ਫਾਲੋਇੰਗ ਆ ਹਸਬੈਂਡ ਆਪਣੀ ਪਤਨੀ ਨਾਲ ਪਿਆਰ ਨਹੀਂ ਕਰਦਾ ਉਪਣੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕਰਦੇ ਆਪਣੇ ਬੱਚਿਆਂ ਨੂੰ ਸੰਭਾਲਣਾ ਨਹੀਂ ਸਿੱਖਦੇ ਆਪਣੇ ਆਂਡ ਗਵਾਂਡ ਨਾਲ ਪਿਆਰ ਨਹੀਂ ਕਰਦੇ

ਪਿਛਲੀ ਵਾਰ ਇਹ ਬਿੰਨੂ ਬਹੁ ਸਾਰੇ ਪੈਂਪਰਾ ਮਿਲੇ ਸੀ ਲਾਸਟ ਟਾਈਮ ਵਨ ਆ ਕੇ ਮੈਨੀ ਬ੍ਰਦਰ ਸਿਸਟਰ ਮੈਮੀ ਜਿਹੜੇ ਕਈ ਤਰ੍ਹਾਂ ਦੇ ਸ਼ਰਾਪ ਦੇ ਹੇਠ ਸੀਗੇ ਦੋਸ ਹਰ ਅੰਡਰ ਮੈਨੀ ਡਿਫਰਕੰਡ ਆਫ ਅ ਕਰਸਸ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਹੇਠ ਸੀਗੇ ਅੰਡਰ ਮੈਨੀ ਕਾਈਂਡ ਆਫ ਅ ਸਿਕਨੈਸਿਸ ਉਹ ਦਸ ਰਹੇ ਸੀ ਕਈ ਸਾਲਾਂ ਤੋਂ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ ਆ ਅੰਡਰ ਵਰ ਟੈਲਿੰਗ ਮੀ ਦਫ ਲਾਸਟ 23 ਈਅਰਸ ਦੇ ਬੀਨ ਅੰਡਰ ਦੈਟ ਕਾਈਂਡ ਆਫ ਪ੍ਰੋਬਲਮ ਬਹੁ ਸਾਲਾਂ ਤੋਂ ਚਰਚ ਵਿੱਚ ਵੀ ਆ ਰਹੇ ਆ ਐਂਡ ਦੇ ਬੀਨ ਕਮਿੰਗ ਟੂ ਚਰਚ ਫਾਰ ਮੈਨੀ ਈਅਰਸ ਪਰ ਫੇਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਈ ਸੀ ਐਂਡ ਸਟਿਲ ਟਿਲ ਦੈਟ ਡੇ ਦੇ ਡਿਡਨਟ ਹੈਵ ਐਨੀ ਸਲਵੇਸ਼ਨ ਆਫ ਕ੍ਰਾਈਸਟ ਇਨ ਦੇ ਅਜੇ ਵੀ ਭੂਤ ਪ੍ਰੇਤ ਉਹਨਾਂ ਨੂੰ ਸਤਾ ਰਹੇ ਆ ਬੈਡ ਈਵਲ ਸਪਿਰਿਟਸ ਸਟਿਲ ਟਰਬਲਿੰਗ ਥੈਮ ਅਜੇ ਤੱਕ ਵੀ ਬਿਮਾਰੀਆਂ ਦੇ ਵਿੱਚ ਆ ਉਹ ਐਂਡ ਦੇ ਸਟਿਲ ਸਟਕ ਇਨ ਦਾ ਸਿਕਨੈਸਿਸ ਐਂਡ ਡਿਜ਼ੀਜ਼ਸ ਕਿਉਂਕਿ ਉਹਨਾਂ ਨੇ ਅਜੇ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਸ਼ੁਰੂ ਨਹੀਂ ਕੀਤਾ ਐਸ ਦੇ ਹੈਵਨ ਸਟਾਰਟਡ ਫੋਲੋਇੰਗ ਜੀਸਸ ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਯੂ ਵਿਲ ਹੈਵ ਸਿਕਨੈਸਿਸ ਐਂਡ ਡਿਜ਼ੀਜ਼ਸ ਇਨ ਯੋਰ ਲਾਈਫ ਪਰ ਬਿਮਾਰੀ ਦਾ ਟਿਕੇ ਰਹਿਣਾ ਏ ਦੱਸਦਾ ਆ ਕਿ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਕੰਮ ਨਹੀਂ ਕਰ ਰਿਹਾ। When the sickness or disease stayed in your life for long that means Jesus is not working in your life. ਬਿਮਾਰੀ ਦੇ ਹੋਣ ਦਾ ਮਤਲਬ ਇਹ ਨਹੀਂ ਆ ਕਿ ਪ੍ਰਭੂ ਹੈ ਨਹੀਂ ਤੁਹਾਡੇ ਕੋਲੇ। When you do get ill that is a mean Jesus is now with you. ਪਰ ਬਿਮਾਰੀ ਛੱਡ ਕੇ ਨਹੀਂ ਜਾ ਰਹੀ ਇਹਦਾ ਮਤਲਬ ਜ਼ਰੂਰ ਹੈ ਆ ਕਿ ਤੁਸੀਂ ਸਹੀ ਚਾਲ ਨਹੀਂ ਚੱਲ ਰਹੇ। But when the sickness is not leaving you that means you're not walk in the right walk with the Lord. ਬਿਮਾਰੀ ਆਉਗੀ ਪਰ ਉਹਨੂੰ ਜਾਣਾ ਪੈਣਾ ਜੇ ਯਿਸੂ

and if the sickness come in your life in a sickness have to go if jesus is in your life bimari to anu hara nahi sakdi as a sickness can't defeat you dushtatme toanu hara nahi sakde body evil can't defeat you jithe yeshua othe dushtatme nahi the sakde wherever jesus is devils or evil spirits can't stay dushtatme othe kushkari nahi sakde they can't do anything at the place aaj assi ess che to usnu sikhna hai ki agar thodi zindagi vich koi ਮਸਿਆ ਆ ਤਾਂ ਉਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ ਜੈਸਾ ਮਸਿਆ ਆਈ ਆ ਤੇ ਉਹ ਕਿਉਂ ਆਈ ਆ ਐਂਡ ਇਫ ਯੂ ਕਮ ਇਨ ਐਨੀ ਟ੍ਰਬਲ অর ਪ੍ਰੋਬਲਮ ਵਾਈ ਦਾ ਪ੍ਰੋਬਲਮ ਹਵ ਕਮ ਇਨਟੂ ਯੂਰ ਲਾਈਫ ਬਈ ਗੱਲ ਕਿ ਅਸੀਂ ਸੱਚੀ ਤੋਬਾ ਨਹੀਂ ਕੀਤੀ ਦਾ ਫਰਸਟ ਥਿੰਗ ਵੀ ਹੈਵਨਟ ਹੈਡ ਅ ਟ੍ਰੂ ਰਿਪੈਂਟੈਂਸ ਅਸੀਂ ਮੂਝ ਬੰਨੀ ਤੋਬਾ ਕੀਤੀ ਵੀ ਵਿਦ ਵਰਡਸ ਵੀ ਹੈਵ ਰਿਪੈਂਟਡ ਤੋਬਾ ਕਰਨ ਦਾ ਮਤਲਬ ਕੀ ਹੁੰਦਾ ਹੈ ਵਾਟ ਡੂ ਯੂ ਮੀਨ ਬਾਈ ਰਿਪੈਂਟੈਂਸ ਤੋਬਾ ਦਾ ਮਤਲਬ ਯਾ ਕਿ ਹੋਰ meri bas ho gayi mudke ek kaam main dobara nahi karunga then you say oh my god that's i had enough i wont repeat these things in my life again asi toba karke shamon nu phir ohi kaam karde ha we do repent but in the evening we do the same things again eida matlab hai toba nahi hai that means this is not repentance asi toba kiti ke prabhu main maanta ha main paapi ha guna ਮੈਨੂੰ ਮਾਫ਼ ਕਰ ਦਿਓ I when we repent we says lord i accept that i'm a sinner i've done bad things please forgive me ਪਰ ਜਾ ਕੇ ਫਿਰ ਤੋਂ ਅਸੀਂ ਉਹੀ ਕੰਮ ਕਰਨ ਲੱਗ ਜਾਂਦੇ ਆ And we turn back and start doing the same things again ਜੇ ਤੁਸੀਂ ਤੋਬਾ ਕੀਤੀ ਆ ਹੁਣ ਤੁਹਾਨੂੰ ਉਹਨਾਂ ਕੰਮਾਂ 'ਚ ਦੁਬਾਰਾ ਨਹੀਂ ਬੈਣਾ And if you have repented you should not go back to the same things again ਅਗਰ ਤੁਸੀਂ ਉਹਨਾਂ ਕੰਮਾਂ ਤੋਂ ਬਚਣਾ ਆ ਤਾਂ ਤੁਹਾਨੂੰ ਉਹਨਾਂ ਚੀਜ਼ਾਂ ਨਾਲ ਲੜਨਾ ਹੋਊਗਾ And if you really want to protect yourself from the things you need to fight against them वचन विच लिकया वेरी द सामना करो एंड द वर्स सेज यू शुड फेस द डेविल वेरी द सामना किद्दा करना है हा यू गोना फेस द एनिमी पहली गल ਤੁਹਾਨੂੰ ਪਹਿਚਾਨਣਾ ਹੋਊਗਾ ਤੁਹਾਡਾ ਵੈਰੀ ਕੌਣ ਆ ਫਸ ਯੂ ਨੀਡ ਟੂ ਰੈਕੋਗਨਾਈਜ਼ ਹੂ ਇਜ਼ ਯੂਅਰ ਐਨੀਮੀ ਕੀ ਸ਼ਰਾਬ ਤੁਹਾਡੀ ਸਾਥੀ ਆ ਜਾਂ ਦੁਸ਼ਮਣੀ ਆ ਇਜ਼ ਅਲਕੋਹਲ ਯੂਅਰ ਫਰੈਂਡ অর ਯੂਅਰ ਐਨੀਮੀ ਉਹ ਤੁਹਾਡੀ ਵੈਰੀ ਆ Alcohol is your enemy. Now you need to face that. ਜਦੋਂ ਸ਼ੈਤਾਨ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਆ ਵਨ ਦੇਵ ਕਮਸ ਇੰਟੂ ਯੂਅਰ ਲਾਈਫ ਉਹ ਸਿਰ ਉੱਤੇ ਸੇਂਗ ਲਗਾ ਕੇ ਨਹੀਂ ਆਉਂਦਾ ਇਟ ਇਜ਼ ਅ ਕਮ ਵਿਦ ਅ ਟੂ ਹੌਰਨਸ ਔਰ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੇ ਰੂਪ ਵਿੱਚ ਆਉਂਦਾ ਆ ਇਟ ਐਂਟਰਸ ਇੰਟੂ ਯੂਅਰ ਲਾਈਫ ਥਰੂ ਸਮ ਕਾਈਂਡ ਆਫ ਅ ਥਿੰਗਸ ਕਿਸੇ ਇਨਸਾਨ ਦੇ ਰੂਪ ਵਿੱਚ ਆਉਂਦਾ ਆ ਕਿਸੇ ਡਿਫਰੈਂਟ ਹਿਊਮਨ ਪਰਸਨ ਕਿਸੇ ਵਿਚਾਰ ਦੇ ਰੂਪ ਵਿੱਚ ਆਉਂਦਾ ਆ ਇਟ ਮੇ ਬੀ ਅ ਡਿਫਰੈਂਟ ਥੌਟਸ ਤੁਹਾਨੂੰ ਪਹਿਚਾਣਨਾ ਹੋਊਗਾ ਬਟ ਯੂ ਨੀਡ ਟੂ ਰੈਕਗਨਾਈਜ਼ ਇ ਬੁਰੀਆਂ ਸੋਚਾਂ ਜਿਹੜੀਆਂ ਆ ਉਹ ਤੁਹਾਡੀਆਂ ਵੈਰੀ ਆ The bad thinkings are from the enemy. Bimaringa thwarting a very your sicknesses and diseases is enemy oh shaitan da hi ek roop ya that's a one face of the devil roopatar ke shaitan to hanu chundiyan wadreya pareshan karreya hai and devil takes a form and comes and start pinching you troubling you to hanu lagda bas sar peedi hai and you only think i saw your headache eh ta koi baali badi gall ni hai is a big deal main ta paracetamol laani te theek ho jana i'm gonna take some paracetamol and i'm gonna be fine tu tusi edda karde bhi aa mari ji ਦਰਦ ਹੋਈ ਪਰੈਸੈਟਾਮੋਲ ਲਈ ਯੂ ਹੈਡ ਅ ਲੇਟਰ ਪੇਨ ਇਨ ਯਰ ਬੋਡੀ ਯੂ ਜਸਟ ਟੇਕ ਅ ਪੈਰਾਸੈਟਾਮੋਲ ਜਾਂ ਕੋਈ ਹੋਰ ਪੇਨ ਕਿਲਰ ਲੈ ਲਿਆ ઓ ਸਮ ਆਦਰ ਪੇਨ ਕਿਲਰ ઓਰ ਕੁਛ ਸਮੇਂ ਦੇ ਲਈ ਦਰਦ ਚਲਿਆ ਜਾਂਦਾ ਹੈ ਐਂਡ ਯੂ ਗੈਟ ਅ ਈਜ਼ ਫਰਮ ਦ ਪੇਨ ਫਾਰ ਫਾਰ ਸ਼ੋਰਟ ਪੀਰੀਅਡ ਦੂਜੇ ਦਿਨ ਦਰਦ ਫੇਰ ਵਾਪਸ ਆ ਜਾਂਦਾ ਹੈ ਐਂਡ ਸੈਕਿੰਡਲੀ ਦ ਪੇਨ ਕਮਸ ਬੈਕ ਅਗੇਨ ਕਿਉਂਕਿ ਤੁਸੀਂ ਟੈਂਪੋਰਰੀਲੀ ਜਿਹੜਾ ਆ ਉਹਦਾ ਟਰੀਟ ਕਰ ਰਹੇ ਆ ਯੂ ਓਨਲੀ ਫਾਊਂਡ ਅ ਸੋਲੂਸ਼ਨ ਵਿਚ ਇਜ਼ ਟੈਂਪੋਰਰੀ ਪਰਮਾਨੈਂਟ ਲਈ ਪਰਮਨੈਂਟ ਟ੍ਰੀਟਮੈਂਟ ਕਰਨਾ ਹੋਊਗਾ ਇਫ ਯੂ ਵਾਂਟ ਟੂ ਰੀਸੀਵ ਅ ਪਰਮਨੈਂਟ ਹੀਲਿੰਗ ਯੂ ਨੀਡ ਟੂ ਹੈਵ ਅ ਪਰਮਨੈਂਟ ਸੋਲੂਸ਼ਨ ਐਂਡ ਟ੍ਰੀਟਮੈਂਟ ਤੁਹਾਨੂੰ ਥੋੜਾ ਜਿਹਾ ਜਕਾਮ ਹੁੰਦਾ ਤੁਸੀਂ ਬਾਲੀ ਪਰਵਾਹ ਨਹੀਂ ਕਰਦੇ ਵੈਨ ਯੂ ਅੰਡਰ ਸਮ ਅੰਡਰ ਦ ਵੈਦਰ ਯੂ ਡੋਨਟ ਕੇਅਰ ਮੱਚ ਅਬਾਊਟ ਇਟ ਅੱਜ ਇੱਕ ਗੱਲ ਨੂੰ ਧਿਆਨ ਨਾਲ ਸਮਝ ਲਿਓ ਬਟ ਯੂ ਨੀਡ ਟੂ ਅੰਡਰਸਟੈਂਡ ਵਨ ਥਿੰਗ ਵੈਰੀ ਕੇਅਰਫੁਲੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰ ਦਿਓ ਸਟਾਪ ਇਗਨੋਰਿੰਗ ਲਿਟਲ ਥਿੰਗਸ ਜੇ ਤੁਹਾਨੂੰ ਕੋਈ ਬੋਸ ਸੋਨਾ ਖਾਣਾ ਦੇਵੇ। ਇਸਮਨ ਸਰ ਯੂ ਆ ਬਿਊਟੀਫੁਲ ਫੂਡ। ਉਹਦੇ ਵਿੱਚ ਕਹੇ ਮੜਾ ਜੈ ਜ਼ਹਿਰ ਆ ਲੈ ਫੜ ਖਾਲਾ। ਐਂਡ ਇਫ ਹੀ ਸੇਜ਼ ਇਟਸ ਓਨਲੀ ਅ ਲੈਪ ਪੋਇਜ਼ਨ ਇਨ ਇ ਜਸਟ ਹੈਵ ਇ। ਕੀ ਤੁਸੀਂ ਉਸ ਖਾਣੇ ਨੂੰ ਖਾ ਲਮੋਗੇ? ਵਿਲ ਯੂ ਟੇਕ ਦ ਫੂਡ? ਤੁਸੀਂ ਕਹੋ ਕੇਕ ਤਾਂ ਬੋਸ ਸੋਨਾ ਆ। ਕੁਡ ਯੂ ਸੇ ਦ ਕੇਕ ਇਜ਼ ਸੋ ਟੇਸਟੀ? ਕਿੰਨਾ ਹੀ ਵੱਡਾ ਆ। ਐਂਡ ਹੀ ਸੇ ਮੜਾ ਜੈ ਜ਼ਹਿਰ ਆ। ਇਟਸ ਓਨਲੀ ਅ ਲੈਪ ਪੋਇਜ਼ਨ ਇਨ ਇ। ਨਹੀਂ ਆਓ ਮੈਂ ਖਾ ਲੈਣਾ ਆ। ਆ ਸਟਿਲ ਵਿਲ ਹੈਵ ਇ। ਕੀ ਤੁਸੀਂ ਖਾਓਗੇ? ਵਿਲ ਯੂ ਈਟ ਲਾਈਕ ਦੈਟ? ਕਿਉਂ? why ka the nahi khaoge why wont you eat that kyunki tusi jande ha thoda jinna zeher tuhanu kharab kar sakda hai thoda jinna zeher to anu khatam kar sakda hai chhedinga baddiyan bimariyan ha the big disease